ਵੱਕੜ ਵਾਲਾ ਮਰ ਗਿਆ ਹਾਏ 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 ਵੱਕੜ ਵਾਲਾ ਮਰ ਗਿਆ ਹਾਏ 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 ਅੱਜ ਪਛਤਾਉਂਦੀ ਹੈ ਕੈਪਟਨ ਦੀ ਸਰਕਾਰ ਨੂੰ ਲਿਆ ਕੇ ਕਿਉਂਕਿ ਜਿਹੜੀ ਕੈਪਟਨ ਦੀ ਸਰਕਾਰ ਹੈ ਬਹੁਤ ਲੋਕਾਂ ਦੇ ਅਤਿਆਚਾਰ ਕਰ ਰਹੀ ਹੈ ਕਈ ਲੋਕ 120 ਲੋਕ ਅੰਮ੍ਰਿਤ ਸਾਹਿਬ ਤੋਂ ਬਟਾਲੇ ਵਿੱਚ ਮਰ ਚੁੱਕੇ ਨੇ ਲੱਕੜੀ ਦਾ ਤਿਉਹਾਰ ਕਹਿੰਦੇ ਨੇ ਖੁਸ਼ੀਆਂ ਨਾਲ ਮਨਾਇਆ ਗਿਆ ਪਰ ਉਹਨਾਂ ਮਾਵਾਂ ਅਤੇ ਭੈਣਾਂ ਨੂੰ ਸੁੱਖ ਕੇ ਦੇਖੋ ਜਿਹਨਾਂ ਲਈ ਇਹ ਤਿਉਹਾਰ ਦਾ ਤਿਉਹਾਰ ਸੀਗਾ ਅਤੇ ਕਹਿਣ ਨੂੰ ਅਜਬ ਤਾਂ ਜੀ ਕੈਪਟਨ ਸਰਕਾਰ ਕਹਿੰਦੀ ਹੈ ਹਰ ਕੰਮ ਬੜੇ ਚੰਗੇ ਢੰਗ ਨਾਲ ਕਰ ਰਹੇ ਆ ਉਸਕਰ ਸਾਹਿਬ ਦੀ ਸਹੁੰ ਖਾਂਦੇ ਆ ਗੁਰਬਾਣੀ ਦੀ ਸਹੁੰ ਖਾਂਦੇ ਆ ਪਰ ਫਿਰ ਵੀ ਲੋਕਾਂ ਦੇ ਅਤਿਆਚਾਰ ਕਰਦੇ ਨੇ ਇੱਕ ਨਵੀਂ ਕਮਰ ਹੋਰ ਇੱਕ ਲਾਗੂ ਕਰ ਦਿੱਤੀ ਗਈ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹਨਾਂ ਦੀਆਂ ਏ ਕਲਾਸ ਤੋਂ ਲੈ ਕੇ ਸੀ ਕਲਾਸ ਤੱਕ ਤਨਖਾਹਾਂ ਰੋਕੀਆਂ ਜਾਣਗੀਆਂ ਅਤੇ ਲੋਕ ਭੁੱਖੇ ਵੀ ਮਰਨਗੇ ਮਹਾਂਮਾਰੀ ਨਾਲ ਤਾਂ ਮਾਰ ਹੀ ਰਹੇ ਨੇ ਅਤੇ ਤਨਖਾਹਾਂ ਤੋਂ ਬਿਨਾਂ ਵੀ ਭੁੱਖੇ ਮਰਨਗੇ ਇਸ ਤਰ੍ਹਾਂ ਦੀ ਸਰਕਾਰ ਦਾ ਵਿਰੋਧ ਕਰਾਂ ਕਰਦੇ ਰਹਾਂਗੇ ਕਰਦੇ ਹਾਂ ਜਿੰਨੀ ਦੇਰ ਤੱਕ ਸਾਡਾ ਜ਼ੋਰ ਲੱਗਿਆ ਅਸੀਂ ਆਪਣੇ ਸਰਕਾਰ ਦਾ ਵਿਰੋਧ ਕਰਾਂਗੇ ਮੈਂ ਵੀ ਹਰਭਜਨ ਸਿੰਘ ਢੋਡਵਾ ਜ਼ਿਲ੍ਹਾ ਦਿਹਾਤੀ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪ੍ਰਧਾਨ ਅੱਜ ਬਹੁਜਨ ਸਮਾਜ ਪਾਰਟੀ ਪੂਰੇ ਦੇਸ਼ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਜਿਹੜਾ ਆਰਥਿਕ ਮੁਜ਼ਾਹਰਾ ਇਹ ਕਰ ਰਹੇ ਆ ਇਹ ਇੱਕ ਜਿਹੜਾ ਪੰਜ ਦਰਿਆਵਾਂ ਦੀ ਧਰਤੀ 'ਤੇ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਉਸ ਨਸ਼ੇ ਦੇ ਵਿੱਚ ਕਾਰਨ ਭੈੜਾ ਨਸ਼ਾ ਪੀ ਕੇ ਅੱਜ ਸਾਡੇ ਜਿਹੜੇ ਨੌਜਵਾਨ ਗਰੀਬ ਪਰਿਵਾਰਾਂ ਦੇ ਵਿੱਚ ਸੌ ਤੋਂ ਉੱਪਰ ਮੌਤਾਂ ਹੋਈਆਂ ਨੇ ਇਹਦੇ ਕਾਰਨ ਜਿਹੜੇ ਸਾਡੇ ਸੂਬਾ ਪ੍ਰਧਾਨ ਗੜੀ ਸਾਹਿਬ ਨੇ ਹਦਾਇਤ ਕੀਤੀ ਆ ਵੀ ਹਰ ਵਿਧਾਨ ਸਭਾ ਦੇ ਵਿੱਚ 117 ਵਿਧਾਨ ਸਭਾ ਨੇ 117 ਵਿਧਾਨ ਸਭਾ ਦੇ ਵਿੱਚ ਆਰਥਿਕ ਮੁਜ਼ਾਹਰਾ ਜਿਹੜਾ ਕੈਪਟਨ ਸਰਕਾਰ ਦਾ ਚੁੱਕਿਆ ਜਾ ਰਿਹਾ ਇਸੇ ਤਹਿਤ ਖੰਨੇ ਵਿਧਾਨ ਸਭਾ ਦੇ ਵਿੱਚ ਵੀ ਸਾਡੀ ਡਿਊਟੀ ਲੱਗੀ ਹੋਈ ਆ ਅਸੀਂ ਆਪਣੇ ਵਰਕਰਾਂ ਦੇ ਨਾਲ ਆਪਣੇ ਡਿਊਟੀ ਸਾਹਿਬਾਨਾਂ ਦੇ ਨਾਲ ਅੱਜ ਅਸੀਂ ਕੈਪਟਨ ਸਰਕਾਰ ਦਾ ਪੁਤਲਾ ਫੂਕ ਰਹੇ ਹਾਂ ਅਤੇ ਇਹ ਪ੍ਰਸ਼ਾਸਨ ਨੂੰ ਅਸੀਂ ਆਪਣਾ SDM ਦੇ ਰਾਹੀਂ ਮੰਗ ਅਤੇ ਅਸੀਂ ਆਪਣੀ ਗੱਲ ਨੂੰ ਸਮਾਪਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਪਿੰਡਾਂ ਜਗੀਰ ਸਿੰਘ ਵਿੱਚੋਂ ਪ੍ਰਧਾਨ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਦਾ ਖੰਨਾ ਅੱਜ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਮਾਨਯੋਗ ਸਰਦਾਰ ਡਾਕਟਰ ਜਗੀਰ ਸਿੰਘ ਜੀ ਗੜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੋ ਪੰਜਾਬ ਦੀ ਕੈਪਟਨ ਸਰਕਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਇਸ ਨੇ ਜਿੱਦਾਂ ਜੋ ਅਕਾਲੀ ਦਲ ਜਿੱਦਾਂ ਵਿੱਚ ਹੈ ਪੰਜਾਬ ਸਰਕਾਰ ਅੱਜ ਜ਼ਹਿਰ ਵੇਚ ਰਹੀ ਹੈ ਜਿਸ ਦੇ ਸੰਬੰਧ ਵਿੱਚ ਗੁਰਦਾਸਪੁਰ ਤਰਨ ਤਾਰਨ ਬਟਾਲਾ ਦੇ ਸਾਈਡ ਦੇ ਵਿੱਚ 105 ਲੋਕਾਂ ਦੀ ਮੌਤ ਹੋਈ ਆ ਉਹਦੇ ਸੰਬੰਧ ਦੇ ਵਿੱਚ ਕੈਪਟਨ ਸਰਕਾਰ ਦਾ ਪੁਤਲਾ ਫੂਕਣ ਦੇ ਲਈ ਗੜੀ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਜੋ ਉਹਨਾਂ ਵੱਲੋਂ ਸਲੋਗਨ ਦਿੱਤੇ ਗਏ ਨੇ ਉਹਨਾਂ ਦੇ ਤਹਿਤ ਨਾਅਰੇਬਾਜ਼ੀ ਕਰਦੇ ਹੋਏ ਮਾਨਯੋਗ DC ADC ਸਾਹਿਬ ਦੇ ਕਮਾਂਡਰ ਦਵਾਂਗੇ ਇੰਨਾ ਕੁਝ ਕਹਿ ਰਿਹਾ ਜਾਂਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ।